اعوذ باللہ من الشیطان الرجیم بسم اللہ الرحمن الرحیم الف لام را اے نئی گلاں اس پکی کتاب دیاں جڑی حکمت تے دانائی نال پُرے پلا ہویا اے لوکاں نوں اچر جے اس توں جو حکم بھیجیا سائیں اک مردوال انہاں وچوں پے ڈڑا لوکاں نوں تے خوشخبری دی ایمانداراں نوں بھائی انہاں لئی سچا رتبہ تے عزت اے انہاں دے رب کول ਆਖਰਲੇ ਬੇਈਮਾਨ ਇਹ ਜ਼ਰੂਰੀ ਜਾਦੂਗਾਰੇ ਖੁੱਲਾ-ਖੁੱਲਾ ਪਾਲਣ ਵਾਲਾ ਤੁਹਾਡਾ ਜ਼ਰੂਰ ਹੈ ਅੱਲਾ ਜਿਨ ਬਣਾਇਆ ਅਸਮਾਨ ਤੇ ਜ਼ਮੀਨ 6 ਦਿਨ ਵਿੱਚ ਫਿਰ ਚੜਿਆ ਅਰਸ਼ ਉੱਤੇ ਤਦਬੀਰ ਕਰਦਾ ਹੈ ਕੰਮ ਦੀ ਕੋਈ ਸ਼ਫਾਤ ਕਰਨ ਵਾਲਾ ਨਹੀਂ ਪਰ ਪਿੱਛੇ ਉਹਦੇ ਹੁਕਮ ਦੇ ਉਹਦੀ ਇਜਾਜ਼ਤ ਦੇ ਇਹੋ ਜੇ ਅੱਲਾ ਪਾਲਣ ਵਾਲਾ ਤੁਹਾਡਾ ਸੋ ਪੂਜੋ ਉਹਨੂੰ ਕਿਉਂ ਫਿਰ ਮਤ ਨਹੀਂ ਲੈਂਦੇ ਹੋ ਉਸੇ ਵਾਲੇ ਮੋੜਨਾ ਤੁਹਾਡਾ ਸਬਦਾ ਵਾਦਾ ਅੱਲਾ ਦਾ ਸੱਚਾ ਹੈ ਜ਼ਰੂਰ ਉਹ ਪਹਿਲੇ ਬਣਾਉਂਦਾ ਖਲਕਤ ਨੂੰ ਫੇਰ ਦੁਹਰਾਏਗਾ ਉਸ ਨੂੰ ਤਾਂ ਬਦਲਾ ਦੇ ਉਹਨਾਂ ਨੂੰ ਇਨਸਾਫ਼ ਨਾਲ ਜਿੰਨਾ ਮੰਨਿਆ ਤੇ ਕੀਤੀਆਂ ਨੇਕੀਆਂ ਤੇ ਜਿਹੜੇ ਬੇਈਮਾਨ ਹੋਏ ਉਹਨਾਂ ਲਈ ਪੀਣੇ ਦੀ ਚੀਜ਼ ਏ ਸਰਦਾ ਪਾਣੀ ਤੇ ਮਾਰੇ ਦੁੱਖ ਦੀ ਬਦਲੇ ਉਸ ਦੇ ਜੋ ਬੇਈਮਾਨੀ ਕਰਦੇ ਸਨ ਉਸੇ ਹੀ ਨੇ ਬਣਾਇਆ ਸੂਰਜ ਚਮਕਦਾ ਤੇ ਚੰਨ ਦਾ ਚਾਨਣ ਤੇ ਛਰਾਈਆਂ ਉਸ ਦੀਆਂ ਮੰਜ਼ਲਾਂ ਤਾਂ ਮਾਲੂਮ ਕਰੋ ਗਿੰਤਰੀ ਭਰਿਆਂ ਦੀ ਤੇ ਸਾਫ਼ ਤਰੀਕਾ ਦਾ نہیں بنایا یہ اللہ نے یہ سب کچھ پر تدبیر نال با مقصد جدا جدا بیان کردہ ہے پتے لوکاں واسطے جو جان دے نے وچ آنے جانے رات تے دن دے تے اس چیز دے جو پیدا کیتی اللہ نے آسمانہ تے زمین وچ ضروری پتے نے لوکاں واسطے غلط ٹرنتوں جو بچ دے نے جڑے نئی امید رکھ دے سانو ملن دی تے راضی ہو بیٹھے نے دنیا دے جونے ہوتے ہیں ਤੇ ਦੇਰ ਲਾਇਆ ਨੇ ਉਸ ਨਾਲ ਤੇ ਜਿਹੜੇ ਸਾਡੀਆਂ ਨਿਸ਼ਾਨੀਆਂ ਤੋਂ غافل ਨੇ ضرور ਉਹਨਾਂ ਦਾ ਟਿਕਾਣਾ ਹੈ ਅੱਗ ਬਦਲਾ ਉਸ ਦਾ ਜੋ ਕਮਾਉਂਦੇ ਸਨ ਜਿਨ੍ਹਾਂ ਮੰਨੀਆਂ ਤੇ ਕੀਤੀਆਂ ਪਲਿਆਈਆਂ ضرور ਰਾਹ ਦੱਸੇਗਾ ਉਹਨਾਂ ਨੂੰ ਰੱਬ ਉਹਨਾਂ ਦਾ ਉਹਨਾਂ ਦੇ ਮਨنس ਬੱਬੋ ਵਗਦੀਆਂ ਨੇ ਹੇਠ ਉਹਨਾਂ ਦੇ ਨਹਿਰਾਂ ਨੀਮਤਾ ਦੇ ਬੇਸ਼ਤਾਂ ਵਿੱਚ ਬੁਲਾਰਾ ਉਹਨਾਂ ਦਾ ਉੱਥੇ ਹੈ ਸੁਭਾਨਕ ਅੱਲਾਹੁਮਾ ਯਾਨੀ ਪਾਕ ਹੈ ਤੂੰ ਐ ਅੱਲਾ ਤੇ ਮੁਲਾਕਾਤ ਦੀ ਦੁਆ ਉਹਨਾਂ ਦੀ ਉੱਥੇ ਸਲਾਮ ਹੈ ਤੇ ਬਹਿਸ਼ਤ ਵਿੱਚ ਵੀ ਆਪੇ ਵਿੱਚ ਮਿਲਣ ਦੇ ਵੇਲੇ ਮੁਸਲਮਾਨ ਉਸੇ ਤਰ੍ਹਾਂ ਅਸਲਾਮੁਅਲੈਕਮ ਕਰਨਗੇ ਜਿਵੇਂ ਦੁਨੀਆਂ ਵਿੱਚ ਕਰਦੇ ਨੇ ਤੇ ਛੇਕੜੀ ਦੀ ਦੁਆ ਹੈ ਉਹਨਾਂ ਦੀ ਭਈ ਸਭ ਸੋ ਬਾ ਅੱਲਾ ਦੀ ਏ ਜੋ ਪਾਲਨਹਾਰ ਹੈ ਸਾਰੇ ਜਗ ਦਾ ਤੇ ਜੇ ਕਦੇ ਸ਼ਤਾਬੀ ਦਿੰਦਾ ਅੱਲਾ ਲੋਕਾਂ ਨੂੰ ਬੁਰੀਾਈ ਉਹਨਾਂ ਦੇ ਭਲਾਈ ਸ਼ਤਾਬੀ ਮੰਗਣੇ ਵਾਂਗੂ ਤਾਂ ਨਿਭੜ ਚੁਕਦੀ ਉਹਨਾਂ ਵੱਲੋਂ عمر ਉਹਨਾਂ ਦੀ ਸੋ ਅਸੀਂ ਛੱਡ ਦਿੰਦੇ ਆ ਉਹਨਾਂ ਨੂੰ ਜਿਹੜੇ ਉਮੀਦ ਨਹੀਂ ਰੱਖਦੇ ਸਾਨੂੰ ਮਿਲਣ ਦੀ ਉਹਨਾਂ ਦੇ ਹੱਦੋਂ ਟੱਪਣੇ ਵਿੱਚ ਹੈਰਾਨ ਹੋਣਿਆਂ ਨੂੰ ਤੇ ਜਦ ਲੱਗੇ ਆਦਮੀ ਨੂੰ ਦੁੱਖ ਸਾਦਾ ਹੈ ਸਾਨੂੰ ਆਪਣੇ ਪਾਸੇ ਭਰਨੇ ਪਿਆ ਪਿਆ ਜਾਂ ਬੈਠਾ ਜਾਂ ਖਲੋਤਾ ਫਿਰ ਜਦ ਦਫਾ ਕਰ ਦਿੰਦੇ ਆ ਅਸੀਂ ਉਸ ਤੋਂ ਦੁੱਖ ਉਹਦਾ ਤੁਰਦਾ ਫਿਰਦਾ ਨਜ਼ਰ ਆਉਂਦਾ ਜਿਉਂ ਕਦੇ ਸਦੇ ਹੀ ਨਹੀਂ ਸਸੂ ਸਾਨੂੰ ਕਿਸੇ ਦੁੱਖ ਦਫਾ ਕਰਨ ਵਾਲ ਜੋ ਪਹੁੰਚਿਆ ਸੀ ਉਹਨੂੰ ਇਸੇ ਤਰ੍ਹਾਂ ਸੋਹਣਾ ਦਿਸਿਆ ਹੈ ਹੱਦੋਂ ਲੰਘਣ ਮਾਰਿਆਂ ਨੂੰ ਜੋ ਕਰਦੇ ਸਾਂ ਤੇ ਜ਼ਰੂਰ ਬਰਬਾਦ ਕਰ ਚੁਕੇ ਆ ਅਸੀਂ ਕਈ ਸੰਗਤਾਂ ਪਹਿਲੇ ਤੁਹਾਡੇ ਜਦ ਜ਼ੁਲਮ ਕੀਤਾ ਨੇ ਤੇ ਲਿਆਏ ਉਹਨਾਂ ਕੋਲ ਪੈਗੰਬਰ ਉਹਨਾਂ ਦੇ ਪੱਕੀਆਂ ਨਿਸ਼ਾਨੀਆਂ ਤੇ ਨਾ ਹੋਏ ਜੋ ਮੰਨ ਜਾਂਦੇ ਐਸੀ ਤਰ੍ਹਾਂ ਜੀ ਸਜ਼ਾ ਦੇਣੀਆਂ ਗੁਨਾਹਗਾਰ ਲੋਕਾਂ ਨੂੰ ਫਿਰ ਬਣਾਇਆ ਅਸੀਂ ਤੁਹਾਨੂੰ ਖਲੀਫੇ ਜ਼ਮੀਨ ਵਿੱਚ ਪਿੱਛੇ ਉਹਨਾਂ ਦੇ ਤਾਂ ਅਸੀਂ ਵੇਖੀਏ ਤੁਸੀਂ ਕੀ ਕੰਮ ਕਰਦੇ ਹੋ ਤੇ ਜਦ ਪੜੀਆਂ ਜਾਣ ਉਹਨਾਂ ਅੱਗੇ ਗੱਲਾਂ ਸਾਡੀਆਂ ਸਾਫ਼ ਸਾਫ਼

ਸੋ ਜ਼ਰੂਰ ਮੈਂ ਗੁਜ਼ਾਰ ਚੁਕਾ ਤੁਸਾਂ ਵਿੱਚ ਇੱਕ ਉਮਰ ਇਹ ਦੂ ਪਹਿਲੇ ਕਿਉਂ ਫੇਰ ਅਕਲ ਨਹੀਂ ਕਰਦੇ ਫੇਰ ਉਹਨਾਂ ਤੋਂ ਬੜਾ ਜ਼ਾਲਮ ਕੌਣ ਹੈ ਜਿਨ ਜੋੜਿਆ ਅੱਲਾ ਉੱਤੇ ਝੂਠ ਜਾਂ ਚੁਟਲਾਈਆਂ ਉਹਦੀਆਂ ਆਇਤਾਂ ਜ਼ਰੂਰ ਗੱਲ ਇਉਂ ਹੈ ਜੋ ਮੁਰਾਦ ਨਹੀਂ ਪਾਉਂਦੇ ਗੁਨਾਹਗਾਰ ਤੇ ਪੁੱਛਦੇ ਨੇ ਸਵਾਲ ਅੱਲਾ ਦੇ ਉਸ ਨੂੰ ਜੋ ਨਾ ਨੁਕਸਾਨ ਕਰੇ ਉਹਨਾਂ ਦਾ ਤੇ ਨਾ ਨਫਾ ਦੇ ਉਹਨਾਂ ਨੂੰ ਤੇ ਆਖਦੇ ਨੇ ਇਹ ਸਾਡੀ ਸ਼ਫਾਤ ਕਰਨ ਵਾਲੇ ਨੇ ਅੱਲਾ ਕੋਲ ਤੂੰ ਆਖ ਪਰਾ ਖਬਰਦਾਰ ਕਰਨ ਲੱਗੇ ਹੋ ਅੱਲਾ ਨੂੰ ਉਸ ਚੀਜ਼ ਤੋਂ ਜੋ ਉਹ ਨਹੀਂ ਜਾਣਦਾ ਅਸਮਾਨਾਂ ਵਿੱਚ ਤੇ ਨਾ ਜ਼ਮੀਨ ਵਿੱਚ ਉਹ ਬੇਅੈਬ ਤੇ ਉੱਚਾ ਹੈ ਉਸ ਤੋਂ ਜਿਸ ਨੂੰ ਸ਼ਰੀਕ ਬਣਾਉਂਦੇ ਨੇ ਤੇ ਨਹੀਂ ਸਣ ਲੋਕ ਪਰ ਸ਼ੁਰੂ ਵਿੱਚ ਕੋਹਮਤ ਇਹ ਜੁਦਾ ਜੁਦਾ ਹੋ ਗਏ ਤੇ ਜੇ ਕਦੇ ਨਾ ਹੁੰਦੀ ਤਾ ਇੱਕ ਗੱਲ ਜੋ ਪਹਿਲੇ ਹੋ ਗਈ ਹੈ ਤੇਰੇ ਰੱਬ ਵੱਲੋਂ ਤਾਂ ਫੈਸਲਾ ਹੋ ਜਾਂਦਾ ਉਹਨਾਂ ਵਿੱਚ ਜਿਸ ਗੱਲ ਵੀ ਝਗੜਾ ਕਰਦੇ ਨੇ ਤੇ ਆਖਦੇ ਨੇ ਕਿਉਂ ਨਾ ਉਤਰੀ ਹੋ ਉਸ ਉੱਤੇ ਕੋਈ ਨਿਸ਼ਾਨੀ ਉਹਦੇ ਰੱਬ ਵੱਲੋਂ ਸੋ اے ਹਬੀਬ ਤੁਸੀਂ ਆਖੋ ਗਾਇਬ ਦੀ ਖਬਰ ਨਾ ਅੱਲਾ ਨੂੰ ਐ ਸੋ ਓਡੀ ਕੋ ਮੈਂ ਵੀ ਨਾਲ ਤੁਹਾਡੇ ਓਡੀਕਣਾ ਤੇ ਜਦ ਚਕਾਈਏ ਅਸੀਂ ਲੋਕਾਂ ਨੂੰ ਸਵਾਦ ਰਹਿਮਤ ਦਾ ਪਿੱਛੇ ਦੁੱਖ ਦੇ ਜੋ ਪਹੁੰਚਿਆ ਸੀ ਉਹਨਾਂ ਨੂੰ ਤਦੋਂ ਉਹਨਾਂ ਨੂੰ ਸੁਜਦਾ ਹੈ ਹੀਲਾ ਬਣਾ ਲੈਣਾ ਸਾਡੀਆਂ ਕੁਦਰਤਾਂ ਵਿੱਚ ਤੁਸੀਂ ਇਹਨਾਂ ਨੂੰ ਆਖੋ ਅੱਲਾ ਬਦੇਰਾ ਸ਼ਤਾਬੀ ਬਣਾਉਣ ਵਾਲਾ ਹੀਲਾ ਫਰਿਸ਼ਤੇ ਸਾਡੇ ਜ਼ਰੂਰ ਲਿਖਦੇ ਜਾਂਦੇ ਨੇ ਜੋ ਹੀਲੇ ਤੁਸੀਂ ਬਣਾਉਂਦੇ ਹੋ ਉਹ ਹੈ ਅੱਲਾ ਜਿਹੜਾ ਫਿਰਾਂਦਾ ਹੈ ਤੁਹਾਨੂੰ ਜੰਗਲ ਤੇ ਸਮੁੰਦਰ ਵਿੱਚ ਇਥੋਂ ਤੱਕ ਜੋ ਜੱਦ ਹੁੰਦੇ ਉਹ ਬੇੜੀਆਂ ਵਿੱਚ ਤੇ ਲੈ ਤੁਰਿਆ ਉਹਨਾਂ ਨੂੰ ਮਾਫਕ ਅੱਛੀ ਹਵਾ ਨਾਲ ਤੇ ਖੁਸ਼ ਹੋਏ ਉਸ ਨਾਲ ਫਿਰ ਆਈ ਉਹਨਾਂ ਨੂੰ ਹਵਾ ਤੁੰਦ ਤੇ ਆਈ ਉਹਨਾਂ ਨੂੰ ਠਾਠ ਹਰ ਪਾਸਿਓਂ ਤੇ ਜਾਤੋਂ ਨੇ ਜੋ ਅਸੀਂ ਜ਼ਰੂਰ ਘੇਰੇ ਗਏ ਦੁਆ ਮੰਗੀ ਉਹਨੇ ਅੱਲਾ ਤੋਂ ਨਖੇੜ ਕੇ ਉਸ ਲਈ ਬੰਦਗੀ ਜੇਕਰ ਬਜਾ ਦਿੱਤੋ ਹੀ ਸਾਨੂੰ ਇਸ ਤੋਂ ਤਾਂ ਜ਼ਰੂਰ ਹੋਵਾਂਗੇ ਸ਼ੁਕਰਗੁਜ਼ਾਰਾਂ ਠੀ ਜਦ ਜਦ ਬਚਾ ਦਿੱਤੋ ਸੂ ਉਹਨਾਂ ਨੂੰ ਤਦੋਂ ਇਹ ਉਹ ਸ਼ਰਾਰਤ ਕਰਦੇ ਮੁਲਕ ਵਿੱਚ ਨਾ ਹੱਕ ਇਹ ਲੋਕੋ ਸ਼ਰਾਰਤ ਤੁਹਾਡੀ ਨਿਜੀ ਤੁਹਾਡੀਆਂ ਆਪਣੀਆਂ ਜਾਨਾਂ ਉੱਤੇ ਹੈ ਵਰਤਨਾ ਇਹ ਦੁਨੀਆ ਦੇ ਜਿਉਂਦਿਆਂ ਫਿਰ ਸਾਡੇ ਹੀ ਵਾਲੇ ਮੋੜਨਾ ਤੁਹਾਡਾ ਫਿਰ ਅਸੀਂ ਜਿਤਾਵਾਂਗੇ ਤੁਹਾਨੂੰ ਜੋ ਤੁਸੀਂ ਕਰਦੇ ਸੋ ਦੁਨੀਆ ਦੇ ਜੂੜੇ ਦਾ ਖਾਨ ਮੇਰਾ ਪਾਣੀ ਮੰਗੂ ਏ ਜੋ ਉਤਾਰਿਆ ਆਸਾਂ ਅਸਮਾਨੋਂ ਫਿਰ ਸੰਗਣੀ ਹੋ ਨਿਕਲੀ ਉਸ ਨਾਲ ਲੰਗੂਰੀ ਜ਼ਮੀਨ ਦੀ ਜਿੱਥੋਂ ਖਾਂਦੇ ਨੇ ਆਦਮੀ ਤੇ ਚੌਕਰ ਇਥੋਂ ਤੀਕ ਤ ਜਦ ਪਗੜਿਆ ਜ਼ਮੀਨ ਨੇ ਸੋਪਣ ਆਪਣਾ ਤੇ ਖੂਬ ਕਣੀ ਹੋ ਗਈ ਤੇ ਜਾਤਾ ਉਸ ਦੇ ਮਾਲਕਾਂ ਨੇ ਪਈ ਉਹਨਾਂ ਦਾ ਹੱਥ ਪਹੁੰਚੇਗਾ ਹੁਣ ਉਸ ਉੱਤੇ ਤੇ ਖੂਬ ਹੋੜੇ ਫਸਲ ਸਮਰ ਗਈ ਹੈ ਆਇਆ ਉਸ ਨੂੰ ਹੁਕਮ ਸਾਡਾ ਰਾਤੀ ਜਾਂ ਦਿਨੀ ਫਿਰ ਕਰ ਦਿੱਤਾ ਅਸਾਂ ਉਸ ਨੂੰ ਗਾਰਤ ਜਿਵੇਂ ਕੱਲ ਇੱਥੇ ਹੋਈ ਨਹੀਂ ਸੀ ਇਸੇ ਤਰ੍ਹਾਂ ਅਸੀਂ ਜੁਦਾ ਜੁਦਾ ਬਿਆਨ ਕਰਨੇ ਆ ਪਤੇ ਵਾਸਤੇ ਲੋਕਾਂ ਦੇ ਜਿਹੜੇ ਸੋਚਦੇ ਨੇ ਜੇ ਦੁਨੀਆ ਨੂੰ ਪਾਇਦਾਰੀ ਨਹੀਂ

ਜੋ ਕੱਜ ਕੱਤੇ ਨੇ ਮੂੰਹੋਂ ਉਹਨਾਂ ਦੇ ਕਾਲੀ ਰਾਤ ਦੇ ਟੁਕੜੇ ਨਾਲ ਉਹੋ ਨੇ ਅੱਗ ਦੇ ਰਹਿਣ ਵਾਲੇ ਉਹਨਾਂ ਉੱਤੇ ਸਦਾ ਰਹਿਣਾ ਤੇ ਜਿਸ ਦਿਨ ਅਸੀਂ ਇਕੱਠੇ ਕਰਾਂਗੇ ਉਹਨਾਂ ਸਾਰਿਆਂ ਨੂੰ ਫੇਰ ਆਖਾਂਗੇ ਸ਼ਿਰਕ ਕਰਨ ਵਾਲਿਆਂ ਨੂੰ ਖੜੇ ਰਹਿਓ ਆਪਣੇ ਥਾਂ ਤੁਸੀਂ ਤੇ ਤੁਹਾਡੇ ਸ਼ਰੀਕ ਵੀ ਫੇਰ ਫੁੱਟ ਪਾ ਦੇਾਂਗੇ ਅਸੀਂ ਉਹਨਾਂ ਵਿੱਚ ਤੇ ਆਖਣਗੇ ਸ਼ਰੀਕ ਉਹਨਾਂ ਦੇ ਨਹੀਂ ਸੋ ਤੁਸੀਂ ਸਾਨੂੰ ਪੂਜਦੇ ਸੋ ਬਤੇਰਾ ਅੱਲਾ ਗਵਾ ਸਾਡੇ ਤੇ ਤੁਹਾਡੇ ਵਿੱਚ ਅਸੀਂ ਤੁਹਾਡੀ ਪੂਜਾ ਤੋਂ ਜ਼ਰੂਰ ਹੀ ਬੇਖਬਰ ਸਾਂ ਉੱਥੇ ਮਾਲੂਮ ਕਰ ਲੇਗਾ ਹਰ ਜੀ ਜੋ ਅੱਗੇ ਤੋਰਿਓ ਸੁ ਤੇ ਮੋੜੇ ਜਾਣਗੇ ਅੱਲਾ ਵਾਲ ਜੋ ਮਾਲਕ ਏ ਉਹਨਾਂ ਦਾ ਸੱਚਾ ਤੇ ਵਿਸਰ ਜਾਏਗਾ ਉਹਨਾਂ ਨੂੰ ਜੋ ਝੂਠ ਜੋੜਦੇ ਸਨ ਐ ਹਬੀਬ ਤੁਸੀਂ ਆਖੋ ਕੌਣ ਰਿਜ਼ਕ ਦਿੰਦਾ ਤੁਹਾਨੂੰ ਆਸਮਾਨੋਂ ਤੇ ਜ਼ਮੀਨੋਂ ਜਾਂ ਕੌਣ ਮਾਲਕ ਏ ਕੰਨ ਤੇ ਅੱਖੀਆਂ ਦਾ ਤੇ ਕੌਣ ਕੱਢਦਾ ਏ ਜੀਉਂਦੇ ਨੂੰ ਮੋਏ ਵਿੱਚੋਂ ਤੇ ਕੱਢਦਾ ਏ ਮੋਏ ਨੂੰ ਜੀਉਂਦੇ ਵਿੱਚੋਂ ਤੇ ਕੌਣ ਤਦਬੀਰ ਕਰਦਾ ਏ ਕੰਮ ਦੀ ਸੋ ਆਖਣਗੇ ਅੱਲਾ ਤਾਂ ਆਖਦੇ ਹੋਇਆ ਹਬੀਬ ਉਹਨਾਂ ਨੂੰ ਕਿਉਂ ਫੇਰ ਡਰਦੇ ਨਹੀਂ ਹੋ ਸੋ ਇਹੋ ਜੀ ਅੱਲਾ ਪਾਲਣ ਵਾਲਾ ਤੁਹਾਡਾ ਸੱਚਾ ਫਿਰ ਕੀ ਇਹ ਪਿੱਛੇ ਸੱਚ ਦੇ ਸਵਾਹ ਕੋਰਾ ਪੈਣ ਦੇ ਫਿਰ ਕਿਧਰ ਮੋੜੇ ਜਾਂਦੇ ਹੋ ਅਹੀਬ ਐਸੇ ਤਰ੍ਹਾਂ ਠੀਕ ਨਿਕਲੀਏ ਗੱਲਾਰੇ ਰੱਬ ਦੀ ਬੇਫਰਮਾਨਾ ਹੁਤੇ ਭਾਈ ਉਹਨਾਂ ਜ਼ਰੂਰ ਨਹੀਂ ਮੰਨਣਾ ਅਹੀਬ ਤੁਸੀਂ ਪੁੱਛੋ ਪਲਾ ਹੈ ਕੋਈ ਤੁਹਾਡੇ ਸ਼ਰੀਕਾਂ ਵਿੱਚੋਂ ਜਿਹੜਾ ਬਣਾਵੇ ਖਲਕਤ ਨੂੰ ਫਿਰ ਦौराਵੇ ਉਸ ਨੂੰ ਤੁਸੀਂ ਆਖੋ ਸਿਰਫ ਅੱਲਾ ਹੀ ਹੈ ਜਿਹੜਾ ਪਹਿਲੇ ਬਣਾਉਂਦਾ ਹੈ ਖਲਕਤ ਨੂੰ ਤੇ ਫਿਰ ਦौराਵੇਗਾ ਉਸ ਨੂੰ ਫਿਰ ਕਿੱਧਰ ਤੁਸੀਂ ਤੁਰੇ ਜਾਂਦੇ ਹੋ ਤੁਸੀਂ ਆਖੋ ਪਹਿਲਾ ਹੈ ਕੋਈ ਸ਼ਰੀਕਾ ਤੁਹਾਡੇ ਹੱਥੀ ਜਿਹੜਾ ਰਾਹ ਦੱਸੇ ਸੱਚੇ ਦੀਨ ਦਾ ਤੁਸੀਂ ਆਖੋ ਅੱਲਾਹ ਰਾਹ ਦੱਸਦਾ ਸੱਚੇ ਦੀਨ ਦਾ ਪਹਿਲਾ ਫਿਰ ਜਿਹੜਾ ਰਾਹ ਦੱਸੇ ਸੱਚੇ ਦੀਨ ਦਾ ਉਹ ਵਦੇਰਾ ਲਾਏ ਕਿ ਜੋ ਤਾਬੇਦਾਰੀ ਕੀਤੀ ਜਾਏ ਉਸ ਦੀ ਜਾਂ ਉਹ ਜਿਸ ਨੂੰ ਆਪੋ ਨਾ ਰਾਹ ਲੱਭੇ ਪਰ ਇਹ ਜੋ ਕੋਈ ਰਾਹ ਦੱਸੇ ਉਹਨੂੰ ਫਿਰ ਕੀ ਹੋ ਗਿਆ ਤੁਹਾਨੂੰ ਕੈਸਾ ਇਨਸਾਫ ਕਰਦੇ ਹੋ ਨਹੀਂ ਤੁਰਦੇ ਬਹੁਤੇ ਉਹਨਾਂ ਦੇ ਪਰ ਅਟਕਲ ਉਤੇ ਅੱਜਕਲ ਜ਼ਰੂਰ ਕਿਸੇ ਕੰਮ ਨਹੀਂ ਆਉਂਦੇ ਸਹੀ ਗੱਲ ਵਿੱਚ ਅੱਲਾ ਜ਼ਰੂਰ ਜਾਣਦਾ ਜੋ ਕਰਦੇ ਨੇ ਤੇ ਐਸਾ ਨਹੀਂ ਇਹ ਕੁਰਾਨ ਜੋ ਕੋਈ ਬਣਾ ਲੈ ਉਰੇ ਅੱਲਾ ਦੇ ਪਰ ਸੱਚ ਆਖਦਾ ਹੈ ਆਪਣੇ ਤੋਂ ਅਗਲੀ ਨੂੰ ਤੇ ਸਾਫ਼ ਬਿਆਨ ਹੈ ਕਿਤਾਬ ਦਾ ਜਿਸ ਵਿੱਚ ਕੁਝ ਸ਼ੱਕ ਨਹੀਂ ਸਾਰੇ ਜੱਗ ਦੇ ਰੱਬ ਦੀ ਤਰਫ ਹੋਏ ਭਲਾ ਆਖਦੇ ਨੇ ਆਪ ਬਣਾ ਲਿਆ ਅਸੂ ਇਸ ਨੂੰ ਤੂੰ ਆਖ ਤਾਂ ਲਿਆਓ ਇੱਕ ਸੂਰਤ ਹੋ ਜਾਈ ਤੇ ਸਦੋ ਜਿਸ ਨੂੰ ਸੱਦ ਸਕੋ ਸਵਾਲ ਲਾ ਦੇ ਜੇ ਤੁਸੀਂ ਸੱਚੇ ਹੋ ਸਗੋ ਛੁਟਲਾਇਆ ਨਹੀਂ ਜਿਸ ਨੂੰ ਸਮਝਣੇ ਉੱਤੇ ਜ਼ੋਰ ਨਹੀਂ ਲੱਗ ਸਕਾ ਨੇ ਤੇ ਅਜੇ ਨਹੀਂ ਹੋਣਾ ਕੋਲ ਸਚਾਈ ਉਸ ਦੇ ਵਧਦੀ ਐਸੇ ਤਰ੍ਹਾਂ ਛੁਟਲਾਇਆ ਸੀ ਇਹਨਾਂ ਤੋਂ ਅਗਲਿਆਂ ਨੇ ਵੀ ਫਿਰ ਵੇਖਿਆ ਕੀ ਹੋਇਆ ਔੜਕ ਜ਼ਾਲਮਾਂ ਦਾ ਕੋਈ ਉਹਨਾਂ ਵਿੱਚੋਂ ਮੰਨਦਾ ਏ ਉਹਨੂੰ ਤੇ ਕੋਈ ਉਹਨਾਂ ਵਿੱਚੋਂ ਨਹੀਂ ਮੰਨਦਾ ਇਹਨੂੰ ਤੇ ਰੱਬ ਤੇਰਾ ਖੂਬ ਜਾਣਦਾ ਹੈ ਫਸਾਦਿਆਂ ਨੂੰ ਤੇ ਜੇ ਛੁਟਲਾਇਆ ਤੇਨੂੰ ਤਾਂ ਆਖਦੇ ਮੇਰੇ ਲਈ ਇਹ ਮੇਰਾ ਅਮਲ ਤੇ ਤੁਸੀਂ ਲਈਏ ਤੁਹਾਡਾ ਅਮਲ ਤੁਸੀਂ ਜ਼ਿੰਮੇਦਾਰ ਨਹੀਂ ਉਸ ਤੋਂ ਜੋ ਮੈਂ ਕਰਨਾ ਤੇ ਮੈਂ ਬੇਜ਼ਾਰ ਹਾਂ ਉਸ ਤੋਂ ਜੋ ਤੁਸੀਂ ਕਰ ਦਿਓ ਤੇ ਕੋਈ ਉਹਨਾਂ ਵਿੱਚੋਂ ਕੰਨ ਰੱਖਦੇ ਨੇ ਤੇਰੇ ਵੱਲ ਭਲਾ ਫੇਰ ਤੂੰ ਸੁਣਾ ਦੇਗਾ ਬੋਲਿਆਂ ਨੂੰ ਭਾਵੇਂ ਅਕਲ ਵੀ ਨਾ ਰੱਖਦੇ ਹੋਣ ਤੇ ਕੋਈ ਉਹਨਾਂ ਵਿੱਚੋਂ ਵੇਖਦਾ ਤੇਰੇ ਵੱਲ ਭਲਾ ਫੇਰ ਤੂੰ ਰਾਹ ਪਾਵੇਂਗਾ ਅਨੇ ਨੂੰ ਭਾਵੇਂ ਉਹਨਾਂ ਨੂੰ ਦਿਸਦਾ ਵੀ ਨਾ ਹੋਵੇ ਅੱਲਾ ਜ਼ਰੂਰ ਨਹੀਂ ਜ਼ੁਲਮ ਕਰਦਾ ਲੋਕਾਂ ਉੱਤੇ ਇੱਕ ਜ਼ਰਾ ਪਰ ਲੋਕ ਆਪਣੇ ਉੱਤੇ ਜ਼ੁਲਮ ਕਰਦੇ ਨੇ تے جس دن اٹھائے گا انہوں نے سمجھ گے جو نہیں ٹھہرے سن پر اتنے ایک گڑی دن دی ایک دوجے نو پچھان گے آپ ضرور گاٹا پایا جنہ چٹلایا ملنا اللہ دا تے نہ آئے را سر تے جے وخا دیتا اصا ہون کچھ اس عذاب دا جو وعدہ دینے انہوں نے یا اٹھا لیا اصا تینوں یہ پہلے ہی تا سڈے ہی والے مڑنا انہوں دا پھر اللہ گو آئے اس او کام اتنے جو کردے نے کے واسطے ہر امت دے ایک پیغمبر ہے پھر جد آ پیغمبر انہوں کول فیصلہ ہوں انہوں نے انصاف نال تو انہوں اتنے ظلم نہیں ہوں تو آخر نے کدو پورا ہوئے گا یہ وعدہ جے تھی سچے ہو حبیب تھی آکو مینو اختیار نہیں اپنے جان دے نقصان دا دے نہ نفے دا پر جو چاہے اللہ ہر امت لئی ایک وقت مقرر ہے جد آ وقت مقرر ہونا دا تد نہ پچھیرے پہ کڑی تو نہ گیرے نے تھی آکو دسو مینو ਜੇ ਆਵੇ ਤੁਹਾਨੂੰ ਅਜ਼ਾਬ ਉਹਦਾ ਰਾਤੀਂ ਅਚਾਨਕ ਜਾਂ ਦਿਨੇ ਕੀ ਕੁਝ ਛੇਤੀ ਕਰ ਲੈਣਗੇ ਉਸ ਤੋਂ ਪਹਿਲੇ ਪਾਪੀ ਭਲਾ ਫਿਰ ਜਦ ਪੈ ਚੁੱਕਾ ਤਦ ਮੰਨੋਗੇ ਉਸ ਨੂੰ ਹੁਣ ਬਚਣਾ ਚਾਹਦੇ ਹੋ ਤੇ ਤੁਸੀਂ ਇਹੋ ਜਲਦੀ ਮੰਗਦੇ ਸੋ ਫਿਰ ਆਖਿਆ ਜਾਏਗਾ ਜ਼ਾਲਮਾਂ ਨੂੰ ਚੱਕੋ ਅਜ਼ਾਬ ਹਮੇਸ਼ਾ ਦਾ ਨਾ ਬਦਲਾ ਪਾਓਗੇ ਪਰ ਉਸੇ ਦਾ ਜੋ ਕਰਦੇ ਸੋ ਤੇ ਪੁੱਛਦੇ ਨੇ ਤੁਹਾਨੂੰ ਭਲਾ ਸੱਚੇ ਉਹ ਅਜ਼ਾਬ ਤੁਸੀਂ ਆਖੋ ਹਾਂ ਸਾਰੇ ਮੇਰੇ ਰੱਬ ਦੀ ਉਹ ਜ਼ਰੂਰ ਸੱਚ ਹੈ ਤੇ ਨਹੀਂ ਤੁਸੀਂ ਹੈਰਾਨ ਹੋਗੇ ਤੇ ਜੇ ਕਦੇ ਜ਼ੁਲਮ ਕਰਨ ਵਾਲੇ ਕੋਲ ਕੁੱਲ ਜ਼ਮੀਨ ਦੀ ਦੌਲਤ ਹੋਵੇ ਤਾਂ ਉਹ ਸਾਰੀ ਛੁਡਵਾਈ ਦੇਣ ਲਈ ਤਿਆਰ ਹੋ ਪਵੇਗਾ ਤੇ ਦਿਲ ਵਿੱਚ ਰੱਖਣਗੇ ਪਛਮਾਨੀ ਜਦ ਵੇਖੇਗਾ ਅਜ਼ਾਬ ਤੇ ਫੈਸਲਾ ਹੋਏਗਾ ਉਹਨਾਂ ਵਿੱਚ ਇਨਸਾਫ ਨਾਲ ਤੇ ਉਹਨਾਂ ਨਾਲ ਧੱਕਾ ਨਹੀਂ ਹੋਏਗਾ ਸੁਣਦੇ ਹੋ ਜ਼ਰੂਰ ਅੱਲਾ ਹੀਦਾਏ ਜੋ ਕੁਝ ਆਸਮਾਨਾਂ ਤੇ ਜ਼ਮੀਨ ਵਿੱਚ ਹੈ ਸੁਣਦੇ ਹੋ ਵਾਦਾ ਅੱਲਾ ਦਾ ਜ਼ਰੂਰ ਸੱਚਾ ਹੈ ਪਰ ਬਹੁਤੇ ਉਹਨਾਂ ਦੇ ਨਹੀਂ ਜਾਣਦੇ ਉਹ ਜਵਾਨਦਾ ਹੈ ਤੇ ਮਾਰਦਾ ਹੈ ਤੇ ਉਸੇ ਹੀ ਵੱਲ ਮੁੜੋਗੇ ਐ ਲੋਕੋ ਆਈਏ ਤੁਸਾਂ ਕੋਲ ਨਸੀਹਤ ਤੁਹਾਡੇ ਰੱਬ ਵੱਲੋਂ ਤੇ ਸ਼ਿਫਾ ਉਸ ਬਿਮਾਰੀ ਦੀ ਜੋ ਜੀਆਂ ਵਿੱਚ ਹੈ ਤੇ ਰਾਹ ਦੀ ਖਬਰ ਤੇ ਮਿਹਰ ਵਾਸਤੇ ਇਮਾਨਦਾਰਾਂ ਦੇ ਐ ਹਬੀਬ ਤੁਸੀਂ ਆਖੋ ਇਹ ਚੀਜ਼ ਅੱਲਾ ਦੇ ਫਜ਼ਲ ਨਾਲ ਤੇ ਆਈਏ ਉਹਦੀ ਮਿਹਰ ਨਾਲ ਸੋ ਇਸੇ ਨਾਲ ਚਾਹੀਏ ਜੇ ਖੁਸ਼ ਹੋਣ ਉਹ ਚੰਗੀ ਚੀਜ਼ ਹੈ ਉਸ ਨਾਲੋਂ ਜੋ ਇਕੱਠਾ ਕਰਦੇ ਨੇ ਤੁਸੀਂ ਆਖੋ ਦੱਸੋ ਮੈਨੂੰ ਜੋ ਉਤਾਰਿਆ ਅੱਲਾ ਨੇ ਤੁਸਾਂ ਲਈ ਰਿਜ਼ਕ ਫੇਰ ਠਹਿਰਾ ਲਿਆ ਜੇ ਉਸ ਵਿੱਚੋਂ ਕੋਈ ਹਰਾਮ ਤੇ ਕੋਈ ਹਲਾਲ ਤੁਸੀਂ ਆਖੋ ਭਲਾ ਅੱਲਾ ਨੇ ਹੁਕਮ ਦਿੱਤਾ ਹੈ ਤੁਹਾਨੂੰ ਜਾਂ ਅੱਲਾ ਉੱਤੇ ਝੂਠ ਜੋੜਦੇ ਹੋ ਤੇ ਕੀ ਹਾਲ ਹੋਏਗਾ ਉਹਨਾਂ ਦਾ ਦਿਨ ਕਿਆਮਤ ਦੇ ਜਿਹੜੇ ਜੋੜਦੇ ਨੇ ਅੱਲਾ ਉੱਤੇ ਝੂਠ ਅੱਲਾ ਜ਼ਰੂਰੀ ਫਜ਼ਲ ਵਾਲਾ ਲੋਕਾਂ ਉੱਤੇ ਪਰ ਬਹੁਤੇ ਉਹਨਾਂ ਦੇ ਕਦਰ ਨਹੀਂ ਜਾਣਦੇ ਤੇ ਨਹੀਂ ਹੁੰਦਾ ਤੂੰ ਕਿਸੇ ਹਾਲ ਵਿੱਚ اے ਹਬੀਬ ਤੇ ਨਹੀਂ ਪੜਦਾ ਤੂੰ ਉਸ ਵਿੱਚ ਕੁਝ ਕੁਰਾਨ ਤੇ ਨਹੀਂ ਕਰਦੇ ਤੁਸੀਂ ਵੀ ਲੋਕੋ ਕੋਈ ਕੰਮ ਪਰ ਇਸ ਦੌਰਾਨ ਅਸੀਂ ਤੁਹਾਨੂੰ ਵੰਦੇ ਰਹਨੇ ਆ ਜਦ ਪੈਂਦੇ ਓ ਉਸ ਵਿੱਚ ਤੇ ਨਹੀਂ ਛੁਪਿਆ ਰਹਿੰਦਾ ਤੇਰੇ ਰੱਬ ਤੋਂ ਜ਼ਰਾ ਪਰ ਜ਼ਮੀਨ ਵਿੱਚ ਤੇ ਨਾ ਅਸਮਾਨ ਵਿੱਚ ਤੇ ਨਾ ਨਿੱਕਾ ਇਸ ਤੋਂ ਤੇ ਨਾ ਵੱਡਾ ਪਰ ਲਿਖਿਆ ਜਾਂਦਾ ਇੱਕ ਸਾਫ਼ ਦਫ਼ਤਰ ਵਿੱਚ ਸੋਨ ਰਖੋ ਜੋ ਪਿਆਰ ਹੈ ਨਾ ਖੁਦਾ ਦੇ ਜਿੰਨਾ ਮੰਨਿਆ ਹੈ ਤੇ ਬਚਦੇ ਰਹੇ ਨੇ ਬੇਫਰਮਾਨੀਆਂ ਤੋਂ ਜ਼ਰੂਰ ਕੁਝ ਨਹੀਂ ਡਰੋ ਉਹਨਾਂ ਨੂੰ ਤੇ ਨਾ ਉਹ ਚੁਰਨਗੇ ਉਨਾਂ ਲਈ ਖੁਸ਼ਖਬਰੀ ਇਹ ਵਿੱਚ ਜਿਉਣੇ ਦੁਨੀਆਂ ਦੇ ਤੇ ਵਿੱਚ ਆਖਰਤ ਦੇ ਨਹੀਂ ਇਹ ਬਦਲ ਜਾਣਾ ਅੱਲਾ ਦੀਆਂ ਗੱਲਾਂ ਦਾ ਇਹੋ ਹੀ ਹੈ ਮੁਰਾਦ ਵੱਡੀ ਤੇ ਇਹ ਹਦੀਬ ਨਾ ਦਿਲਗੀਰ ਕਰੇ ਤੈਨੂੰ ਗੱਲ ਉਹਨਾਂ ਦੀ ਇੱਜ਼ਤ ਜ਼ਰੂਰ ਅੱਲਾ ਹੀ ਦਈਏ ਸਾਰੀ ਉਹ ਹੈ ਸਭ ਕੁਝ ਸੁਣਦਾ ਜਾਣਦਾ ਅਗਰ ਹੋ ਜ਼ਰੂਰ ਅੱਲਾ ਹੀ ਦਾਏ ਜੋ ਕੋਈ ਆਸਮਾਨਾ ਵਿੱਚ ਤੇ ਜੋ ਕੋਈ ਜ਼ਮੀਨ ਵਿੱਚ ਇਹ ਸਾਦੇ ਨੇ ਸਵਾਲ ਅੱਲ੍ਹਾ ਦੇ ਸ਼ਰੀਕਾਂ ਨੂੰ ਉਹ ਨਹੀਂ ਮਗਰ ਤੁਰਦੇ ਪਰ اٹਕਲਦੇ ਤੇ ਨਹੀਂ ਉਹ ਪਰ ਕਿਆਸ ਦੁੜਾਉਂਦੇ ਨੇ ਉਸੇ ਅੱਲਾ ਹੀ ਨੇ ਬਣਾਈ ਤੁਸਾਂ ਦੀ ਰਾਤ ਤਾਹ ਆਰਾਮ ਪਾਓ ਉਸ ਵਿੱਚ ਤੇ ਦਿਨ ਚੱਲਣਾ ਇਸ ਵਿੱਚ ਜ਼ਰੂਰੀ ਪਤੇ ਨੇ ਲੋਕਾਂ ਲਈ ਜੋ ਸੁਣਦੇ ਨੇ ਦਾਵਤ ਹੱਕ ਦੀ ਲੋਕ ਆਖਲੇ ਨੇ ਬਣਾ ਲਿਆ ਅੱਲਾ ਨੇ ਪੁੱਤਰ ਕਿਸੇ ਨੂੰ ਉਹ ਬੇਅਾਇਬ ਉਹ ਬੇਨਿਆਜ਼ੇ ਉਸੇ ਦਾ ਹੈ ਜੋ ਕੁਝ ਆਸਮਾਨ ਵਿੱਚ ਤੇ ਜੋ ਜ਼ਮੀਨ ਵਿੱਚ ਨਹੀਂ ਤੁਸਾਂ ਕੋਲ ਕੋਈ ਦਲੀਲ ਇਸ ਗੱਲ ਦੀ ਕਿਉਂ ਆਖਦੇ ਹੋ ਅੱਲਾ ਉੱਤੇ ਜੋ ਨਹੀਂ ਜਾਣਦੇ ਹੋ ਹਬੀਬ ਤੁਸੀਂ ਆਖੋ ਜਿਹੜੇ ਜੋੜਦੇ ਨੇ ਅੱਲਾ ਉੱਤੇ ਝੂਠ ਹਰ ਕਿਸ ਮੁਰਾਦ ਨਹੀਂ ਪਾਉਂਦੇ ਵਰਤਨਾ ਹੈ ਦੁਨੀਆ ਵਿੱਚ ਕੁਝ ਦਿਹਾੜੇ ਫਿਰ ਸਾਡੇ ਵੱਲ ਮੁੰਡਾ ਆਉਣਾ ਉਹਨਾਂ ਦਾ ਫਿਰ ਅਸੀਂ ਜਖਾਵੇਂਗੇ ਉਹਨਾਂ ਨੂੰ ਅਜ਼ਾਬ ਸਖਤ ਬਦਲੇ ਹੋਸ ਦੇ ਜੋ ਬੇਈਮਾਨੀ ਕਰਦੇ ਸੋ ਤੇ ਪੜੋ ਨਾ ਅੱਗੇ ਖਬਰ ਨੂ ਦੀ ਜਦ ਆਖਿਓ ਸੁ ਕਾਮ ਆਪਣੀ ਨੂੰ ਐ ਮੇਰੀ ਕਾਮ ਜੇ ਪਾਰੂ ਹੋਇਆ ਤੁਸਾਂ ਉੱਤੇ ਰਹਿਣਾ ਮੇਰਾ ਤੇ ਮਤ ਦੇਣਾ ਮੇਰਾ ਅੱਲਾ ਦੀਆਂ ਆਇਤਾ ਨਾਲ ਤਾਂ ਅੱਲਾ ਹੀ ਉੱਤੇ ਮੈਂ ਪਰੋਸਾ ਕੀਤਾ ਸੋ ਪੱਕ ਕਰੋ ਆਪਣੇ ਕੰਮ ਦਾ ਸਮੇਤ ਆਪਣੇ ਸ਼ਰੀਕਾਂ ਦੇ ਫਿਰ ਨਾ ਰਹੇ ਕੰਮ ਤੁਹਾਡਾ ਤੁਸਾਂ ਉੱਤੇ ਰਲੇ ਵਿੱਚ ਫਿਰ ਕਰ ਲੋ ਮੇਰੇ ਖਿਲਾਫ ਅਮਲ ਤੇ ਨਾ ਦਮ ਲੈਣ ਦਿਓ ਮੈਨੂੰ ਫਿਰ ਮੂੰਹ ਫੇਰਿਓ ਜੇ ਤਾ ਨਹੀਂ ਮੰਗੀ ਮੈਂ ਤੁਸਾਂ ਤੋਂ ਕੁਝ ਮਜ਼ਦੂਰੀ ਨਹੀਂ ਮਜ਼ਦੂਰੀ ਮੇਰੀ ਪਰ ਅੱਲਾ ਦੇ ਜ਼ਿੰਮੇ ਤੇ ਮਾਨੂੰ ਹੁਕਮ ਹੋਇਆ ਹੈ ਜੋ ਹੋਵਾ ਮੈਂ ਖੁਦ ਫਰਮਾ ਬਰਦਾਰਾ ਸੀ ਫਿਰ ਚੁਟਲਾਇਓ ਨੇ ਉਹਨੂੰ ਫਿਰ ਬਚਾ ਦਿੱਤਾ ਅਸਾਂ ਉਹਨੂੰ ਤੇ ਜਿਹੜਾ ਉਹਦੇ ਨਾਲ ਸੀ ਬੇੜੀ ਵਿੱਚ ਤੇ ਬਣਾਇਆ ਅਸਾਂ ਉਹਨਾਂ ਨੂੰ ਖਲੀਫੇ ਜ਼ਮੀਨ ਵਿੱਚ ਤੇ ਡੋਬ ਦਿੱਤੇ ਅਸਾਂ ਜਿੰਨਾ ਚੁਟਲਾਈਆਂ ਆਇਆ ਤਾਂ ਸਾਡੀਆਂ ਫਿਰ ਵੇਖ ਕੀ ਕਰ ਹੋਇਆ ਉਹੜ ਕੋ ਉਹਨਾਂ ਦਾ ਜਿਨ੍ਹਾਂ ਨੂੰ ਡਰਾਇਆ ਗਿਆ ਸੀ ਫਿਰ ਭੇਜੇ ਅਸਾਂ ਪਿੱਛੇ ਉਹਦੇ ਪੈਗੰਬਰ ਉਹਨਾਂ ਦੀ ਕੌਮ ਵੱਲ ਫਿਰ ਲਿਆਏ ਉਹਨਾਂ ਕੋਲ ਸਾਫ ਨਿਸ਼ਾਨੀਆਂ ਫਿਰ ਨਾ ਹੋਏ ਜੋ ਮਨ ਦੇ ਜਿਸ ਗੱਲ ਨੂੰ ਝੂਠਲਾ ਚੁੱਕੇ ਸਨ ਪਹਿਲੋ ਇਸੇ ਤਰ੍ਹਾਂ ਅਸੀਂ ਛੱਪਾ ਲਾਣੇ ਆਂ ਹਦੋਂ ਲੰਗੜ ਵਾਲਿਆਂ ਦੇ ਦਿਲਾਂ ਉੱਤੇ ਫਿਰ ਭੇਜਿਆ ਅਸਾਂ ਪਿੱਛੇ ਉਹਨਾਂ ਦੇ موسی ਤੇ ਹਾਰੂਨ ਨੂੰ ਫਿਰੌਨ ਤੇ ਉਹਦੇ ਸਰਦਾਰਾਂ ਵੱਲ ਆਪਣੀਆਂ ਨਿਸ਼ਾਨੀਆਂ ਦੇ ਕੇ ਫਿਰ ਆਪਣੀ ਉਚਾਈ ਦਾ ਕਮੰਡ ਕੀਤਾ ਨੇ ਤੇ ਉਹ ਸਨ ਲੋਕ ਪਾਪੀ ਫਿਰ ਜਦ ਪਹੁੰਚੀ ਉਹਨਾਂ ਨੂੰ ਸੱਚੀ ਗੱਲ ਸਾਡੇ ਕੋਲੋਂ ਆਖਿਓ ਨੇ ਇਹ ਜ਼ਰੂਰੀ ਜਾਦੂ ਹੈ ਖੁੱਲਾ-ਖੁੱਲਾ ਆਖਿਆ ਮੂਸਾ ਨੇ ਇਹ ਕਿਉਂ ਆਖਦੇ ਹੋ ਸੱਚੀ ਗੱਲ ਨੂੰ ਜਦ ਪਹੁੰਚੀ ਤੁਹਾਨੂੰ ਭਲਾ ਇਹ ਜਾਦੂ ਹੈ ਤੇ ਨਹੀਂ ਮੁਰਾਦ ਪਾਉਂਦੇ ਜਾਦੂਗਰ ਆਖਣ ਲੱਗੇ ਭਲਾ ਆਇਆ ਅਸਾ ਕੋਲ ਤਾਂ ਫੇਰ ਦੇ ਸਾਨੂੰ ਉਸ ਰਾਹੋਂ ਜਿਸ ਉੱਤੇ ਡਿੱਠੇ ਅਸਾਂ ਪਿਉ ਦਾਦੇ ਆਪਣੇ ਤੇ ਹੋ ਜਾਏ ਤੁਸਾਂ ਦੋਵਾਂ ਦੀ ਸਰਦਾਰੀ ਇਸ ਮੁਲਕ ਵਿੱਚ ਤੇ ਨਹੀਂ ਮੰਨਣਾ ਅਸੀਂ ਤੁਹਾਨੂੰ ਆਪਣੇ ਲੋਕਾਂ ਨੂੰ ਫਰਾਉਨ ਨੇ ਆਖਿਆ ਲਿਆਓ ਮੇਰੇ ਕੋਲ ਜਾਦੂਗਰ فن ਦੇ ਮਹਰ ਫਿਰ ਜਦ ਆਏ ਜਾਦੂਗਰ ਆਖਿਆ ਉਹਨਾਂ ਨੂੰ موسی ਨੇ ਸੁਟੋ ਜੋ ਤੁਸੀਂ ਸੁਟਣਾ ਹੈ ਫਿਰ ਜਦ ਅੰਛਰ ਸੁਟਿਓ ਨੇ ਆਖਿਆ موسی ਨੇ ਜੋ ਲਿਆਂਦਾ ਸੀ ਸੋ ਜਾਦੂ ਏ ਅੱਲਾ ਜ਼ਰੂਰ ਹੋਣੇ ਬਾਤਲ ਕਰ ਦੇਗਾ ਇਸ ਨੂੰ ਅੱਲਾ ਜ਼ਰੂਰ ਨਹੀਂ ਸਵਾਰਦਾ ਕੰਮ ਫਸਾਦੀਆਂ ਦਾ ਕਿੰਨ ਤਰ ਦੇ ਗੱਲਾਂ ਸੱਚ ਨੂੰ ਆਪਣੀਆਂ ਗੱਲਾਂ ਨਾਲ ਪਾਵੇਂ ਜੇਕਰ ਬੁਰਾ ਜਾਣਨ ਪਾਪੀ ਫਿਰ ਨਾ ਮੰਨਿਆ موسی ਨੂੰ ਪਰ ਕੁਝ ਜਵਾਨਾਂ ਨੇ ਉਹਦੀ ਕੌਮ ਵਿੱਚੋਂ ਉਹ ਡਰਦੇ ਸਨ ਫਰਾਉਨ ਤੇ ਉਹਨਾਂ ਦੇ ਸਰਦਾਰਾਂ ਤੋਂ ਭਈ ਅਜ਼ਾਬ ਕਰਿਆ ਉਹਨਾਂ ਨੂੰ ਕਿ ਫਰਾਉਨ ਜ਼ਰੂਰ ਹੀ ਉਚਾਈ ਕਰਨ ਵਾਲਾ ਸੀ ਮੁਲਕ ਵਿੱਚ ਤੇ ਉਹ ਜ਼ਰੂਰ ਹੀ ਸੀ ਹੱਦੋਂ ਲੰਘਣ ਵਾਲਿਆਂ ਥੀ ਕਿ ਆਖਿਆ موسی ਨੇ ਐ ਮੇਰੀ ਕੌਮ ਜੇ ਮੰਨਦੇ ਵੱੱਲਾ ਨੂੰ ਤਾਂ ਉਸੇ ਹੀ ਉੱਤੇ ਪ੍ਰੋਤਸਾ ਕਰੋ ਜੇ ਤੁਸੀਂ ਫਰਮਾਨਬਰਦਾਰ ਹੋ ਤਾਂ ਆਖਿਓ ਨੇ ਅੱਲਾ ਹੀ ਉੱਤੇ ਅਸਾਂ ਭਰੋਸਾ ਕੀਤਾ ਛਾੜਿਆ ਰੱਬਾ ਨਾ ਬਣਾ ਸਾਨੂੰ ਅਜ਼ਮਾਨੇ ਦਾ ਥਾਂ ਵਾਸਤੇ ਲੋਕਾਂ ਜ਼ਾਲਮਾਂ ਦੇ ਬਚਾ ਸਾਨੂੰ ਆਪਣੀ ਮਿਹਰ ਨਾਲ ਬੇਈਮਾਨਾਂ ਲੋਕਾਂ ਤੋਂ ਤੇ ਹੁਕਮ ਭੇਜਿਆ ਅਸਾਂ موسی ਤੇ ਉਹਦੇ ਭਰਾ ਵੱਲ ਜੋ ਬਣਾਓ ਆਪਣੀ ਕੌਮ ਵਾਸਤੇ ਸ਼ਹਿਰ ਮਿਸਰ ਵਿੱਚ ਘਰ ਤੇ ਬਣਾਓ ਘਰਾਂ ਆਪਣਿਆਂ ਨੂੰ ਮਸਜਿਦ ਤੇ ਘਰੇ ਨਮਾਜ਼ ਪੜ੍ਹ ਲਿਆ ਕਰੋ ਤਾਂ ਦੁਸ਼ਮਣ ਵੇਖ ਕੇ ਨਾ ਸਤਾਏ ਤੇ ਦਰੁਸਤ ਪੜੋ ਨਮਾਜ਼ ਤੇ ਖੁਸ਼ਖਬਰੀ ਦਿਓ ਈਮਾਨਦਾਰਾਂ ਨੂੰ ਦੁਆ ਕੀਤੀ موسی ਨੇ ਸਾਡੇ ਰੱਬਾ ਤੂੰ ਜ਼ਰੂਰ ਦਿੱਤਾ ਹੈ ਫਰਾਉਨ ਤੇ ਉਹ ਜਿਹੜਾ ਸਰਦਾਰਾਂ ਨੂੰ ਸੋਪਣ ਤੇ ਮਾਲ ਵਿੱਚ ਜਿਉਣੇ ਦੁਨੀਆ ਦੇ ਸਾਡੇ ਰੱਬਾ ਤਾਂ ਪੁਲਾ ਦੇਣ ਤੇਰੇ ਰਾਂ ਸਾਡੇ ਰੱਬਾ ਨੇਸ਼ਤੀ ਪਾ ਦੇ ਉਹਨਾਂ ਦੇ ਮਾਲਾਂ ਉੱਤੇ ਤੇ ਸਖਤੀ ਪਾ ਦੇ ਉਹਨਾਂ ਦੇ ਦਿਲਾਂ ਵਿੱਚ ਤਾਂ ਨਾ ਮੰਨਣ ਜੱਤੀਕ ਵੇਖਣਾ ਲੈਣ ਦੁੱਖ ਦੀ ਮਾਰ ਅੱਲਾਹ ਤਾਲਾ ਜਵਾਬ ਦਿੱਤਾ ਕਬੂਲ ਹੋ ਗਈ ਦੁਆ ਤੁਹਾਡੀ ਦੋਵਾਂ ਦੀ ਸੋ ਸਾਬਤ ਕਦਮ ਰਹੋ ਤੇ ਨਾ ਤੁਰੋ ਰਾਹ ਉਹਨਾਂ ਦੇ ਜਿਹੜੇ ਨਹੀਂ ਜਾਣਦੇ ਤੇ ਪਾਰ ਲੰਘਾਇਆ ਅਸਾਂ ਬਣੀ ਇਸਰਾਇਲ ਨੂੰ ਦਰਿਆ ਦੇ ਫਿਰ ਮਗਰ ਪਿਆ ਉਹਨਾਂ ਦੇ ਫਰਾਉਨ ਤੇ ਫੌਜਾਂ ਉਹਦੀਆਂ ਵਾਸਤੇ ਜ਼ੁਲਮ ਤੇ ਜ਼ਿਆਦਤੀ ਕਰਨੇ ਦੇ ਇਥੋਂ ਤੀਕ ਜੋ ਜਦ ਆ ਪਕੜਿਆ ਉਹਨੂੰ ਡੁੱਬਨੇ ਨੇ ਆਖਣ ਲਗਾ ਮੈਂ ਮੰਨਿਆ ਭਾਈ ਜ਼ਰੂਰ ਕੋਈ ਲਾਇਕ ਬੰਦਗੀ ਦੇ ਨਹੀਂ ਪਰ ਜਿਸ ਨੂੰ ਮੰਨਿਆ ਬਣੀ ਇਸਰਾਇਲ ਨੇ ਕਿ ਮੈਂ ਆਂ ਫਰਮਾ ਬਰਦਾਰਾ ਥੀ ਜਵਾਬ ਦਿੱਤਾ ਗਿਆ ਭਲਾ ਹੁਣ ਮੰਨਣਾ ਏ ਤੇ ਹੁਕਮ ਮੋਲਿਆ ਸੀ ਪਹਿਲੇ ਤੇ ਰਿਆਂੇ ਫਸਾਦੀਆਂ ਥੀ ਹੁਣ ਦਾ ਮੰਨਣਾ ਨਹੀਂ ਕਬੂਲ ਸੋ ਅੱਜ ਬਚਾ ਦੇਨੇ ਏ ਤੈਨੂੰ ਨਾਲ ਬੰਨੇ ਸੁੱਟਨੇ লাশ ਤੇਰੀ ਦੇ ਤਾਂ ਤੂੰ ਇਬਰਤ ਵੀ ਨਿਸ਼ਾਨੀ ਹੋਵੇਂ ਆਉਣ ਵਾਲੀਆਂ نسلਾਂ ਲਈ ਫਰਾਉਨ ਦੀ লাশ ਅੱਜ ਵੀ ਲੰਡਨ ਦੇ ਅਜਾਇਬ ਘਰ ਵਿੱਚ ਮੌਜੂਦ ਏ ਤੇ ਬਹੁਤੇ ਲੋਕਾਂ ਵਿੱਚੋਂ ਸਾਡੀਆਂ ਨਿਸ਼ਾਨੀਆਂ ਤੋਂ ਜ਼ਰੂਰ ਹੀ ਬੇਸੁਰਤ ਨੇ ਤੇ ਜ਼ਰੂਰ ਜਗ੍ਹਾ ਦਿੱਤੀ ਅਸਾਂ ਬਨੀ ਸਹੇਲ ਨੂੰ ਸੋਹਣੀ ਜਗ੍ਹਾ ਤੇਰੇ ਲਿਖ ਦਿੱਤਾ ਅਸਾਂ ਉਹਨਾਂ ਨੂੰ ਸੁਥਰੀਆਂ ਚੀਜ਼ਾਂ ਥੀ ਫਿਰ ਨਾ ਪੁੱਟ ਪਾਈਓ ਨੇ ਜਦ ਤੀਕ ਆ ਨਹੀਂ ਚੁਕਾ ਉਹਨਾਂ ਨੂੰ ਇਲਮ ਤੇਰਾ ਰੱਬ ਜ਼ਰੂਰ ਫੈਸਲਾ ਕਰੇਗਾ ਉਹਨਾਂ ਵਿੱਚ ਦਿਨ ਕਿਆਮਤ ਦੇ ਜਿਸ ਗੱਲ ਵਿੱਚ ਝਗੜੇ ਕਰਦੇ ਸਨ ਫਿਰ ਜੇ ਤੈਨੂੰ ਸ਼ੱਕ ਹੋਵੇ ਉਸ ਕਲਾਮ ਵਿੱਚ ਜੋ ਉਤਾਰੀ ਅਸਾਂ ਤੇਰੇ ਵੱਲ ਤਾਂ ਪੁੱਛ ਲੈ ਉਹਨਾਂ ਨੂੰ ਜਿਹੜੇ ਪੜ੍ਹ ਰਹੇ ਨੇ ਕਿਤਾਬ ਪਹਿਲੇ ਤੈਂ ਤੋਂ ਜ਼ਰੂਰ ਪਹੁੰਚਿਆ ਤੈਨੂੰ ਸੱਚ ਤੇਰੇ ਰੱਬ ਵੱਲੋਂ ਸੋ ਨਾ ਹੋ ਸ਼ੱਕ ਕਰਨ ਵਾਲਿਆਂ થી ਤੇ ਨਾ ਹੋ ਉਹਨਾਂ ਵਿੱਚੋਂ ਜਿਨ੍ਹਾਂ ਚੁੱਟਲਾਈਆਂ ਆਏ ਤਾਂ ਅੱਲਾ ਦੀਆਂ ਫੇਰ ਹੋ ਜਾਏਗਾ ਕਾਟੇ ਵਾਲਿਆਂ થી ਜਿੰਨਾ ਉੱਤੇ ਠੀਕ ਨਿਕਲੀਏ ਗੱਲ ਤੇਰੇ ਰੱਬ ਦੀ ਉਹ ਜ਼ਰੂਰ ਨਹੀਂ ਮੰਨਦੇ ਭਾਵੇਂ ਆਵੇ ਉਹਨਾਂ ਕੋਲ ਹਰ ਇੱਕ ਨਿਸ਼ਾਨੀ ਉਹ ਈਮਾਨ ਨਹੀਂ ਲਿਆਉਣਗੇ ਜਦ ਤੀਕ ਨਾ ਵੇਖਣ ਦੁੱਖ ਦੀ ਮਾਰ ਫੇਰ ਕਿਉਂ ਨਾ ਹੋਈ ਕੋਈ ਬਸਤੀ ਜਿਹੜੀ ਅਜ਼ਾਬ ਦੇਖ ਕੇ ایمان ਲੈ ਆਉਂਦੀ ਤੇ ਨਫਾ ਦਿੰਦਾ ਉਹਨੂੰ ਮੰਨਣਾ ਆਉਂਦਾ ਸਵਾ ਯੂਨਸ ਦੀ ਕੌਮ ਦੇ ਜਦ ਮੰਨਿਓ ਨੇ ਅਸਾਂ ਉਹਨਾਂ ਤੋਂ ਖਵਾਰੀ ਦਾ ਅਜ਼ਾਬ ਦਫਾ ਕਰ ਦਿੱਤਾ ਦੁਨੀਆਂ ਦੀ ਜ਼ਿੰਦਗੀ ਵਿੱਚ ਤੇ ਫਾਇਦਾ ਦਿੱਤਾ ਉਹਨਾਂ ਨੂੰ ਇੱਕ ਵਕਤ ਤੱਕ ਤੇ ਜੇ ਕਦੇ ਚਾਹਦਾ ਰੱਬ ਤੇਰਾ ਤਾਂ ਮੰਨ ਲੈਂਦਾ ਜੋ ਕੋਈ ਜ਼ਮੀਨ ਵਿੱਚ ਸਾਰੇ ਇਕੱਠੇ ਭਲਾ ਫੇਰ ਤੂੰ ਤੱਕਾ ਕਰੇਂਗਾ ਲੋਕਾਂ ਉਤੇ ਤਾਜ ਹੋ ਜਾਣੀ ਇਮਾਨਦਾਰ ਤੇ ਨਹੀਂ ਹੋ ਸਕਦਾ ਕਿਸੇ ਤੋਂ ਜੋ ਮੰਨ ਲਏ ਪਰ ਨਾਲ ਹੁਕਮ ਅੱਲਾ ਦੇ ਤੇ ਪਾ ਦਿੰਦਾ ਹੈ ਗੰਦਗੀ ਇਤਕਾਜ ਵਿੱਚ ਉਹਨਾਂ ਉੱਤੇ ਜਿਹੜੇ ਨਹੀਂ ਅਕਲ ਕਰਦੇ ਹਬੀਬ ਤੁਸੀਂ ਆਖੋ ਭਾਈ ਵੇਖੋ ਕੀ ਕੁਝ ਆਸਮਾਨਾਂ ਤੇ ਜ਼ਮੀਨ ਵਿੱਚ ਤੇ ਨਹੀਂ ਕੰਮ ਆਉਂਦੀਆਂ ਨਿਸ਼ਾਨੀਆਂ ਤੇ ਡਰਾਉਣ ਵਾਲੇ ਉਹਨਾਂ ਲੋਕਾਂ ਦੇ ਜੋ ਨਹੀਂ ਮੰਨਦੇ ਫਿਰ ਨਹੀਂ ਉਡੀਕਦੇ ਪਰ ਉਹਨਾਂ ਲੋਕਾਂ ਦੇ ਬੁਰੇ ਦਿਨਾਂ ਵਾਂਗੂ ਜਿਹੜੇ ਗੁਜ਼ਰੇ ਨੇ ਪਹਿਲੇ ਇਨਾਂ ਤੋਂ ਤੂੰ ਆਖ ਤਾ ਉਡੀਕੋ ਮੈਂ ਵੀ ਤੁਹਾਡੇ ਨਾਲ ਉਡੀਕਣਾ ਫੇਰ ਅਸੀਂ ਬਚਾ ਦੇਣੇ ਆ ਆਪਣੇ ਪੈਗੰਬਰਾਂ ਨੂੰ ਤੇ ਈਮਾਨਦਾਰਾਂ ਨੂੰ ਇਹ ਸਾਡੇ ਜਿੰਮੇ ਐਸੀ ਤਰ੍ਹਾਂ ਅਸੀਂ ਬਚਾ ਦੇਵਾਂਗੇ ਮੁਸਲਮਾਨਾਂ ਨੂੰ اے ਹਬੀਬ ਤੁਸੀਂ ਆਖੋ ਇਹ ਲੋਕੋ ਜੇ ਤੁਹਾਨੂੰ ਸ਼ੱਕ ਹੈ ਮੇਰੇ ਦੀਨ ਵਿੱਚ ਜਿਨ੍ਹਾਂ ਨੂੰ ਤੁਸੀਂ ਪੁੱਛਦੇ ਹੋ ਮੈਂ ਨਹੀਂ ਪੁੱਛਦਾ ਸਵਾਲ ਅੱਲਾਹ ਦੇ ਮੈਂ ਪੁੱਛਣਾ ਅੱਲਾਹ ਨੂੰ ਜਿਹੜਾ ਫੌਤ ਕਰਦਾ ਹੈ ਤੁਹਾਨੂੰ ਤੇ ਮੈਨੂੰ ਹੁਕਮ ਹੋਇਆ ਇਹ ਜੋ ਹੋਇਆ ਮੈਂ ਮੰਦਰਾ ਥੀ ਤੇ ਮੈਨੂੰ ਹੁਕਮ ਹੋਇਆ ਜੇ ਸਿੱਧਾ ਰੱਖ ਮੂੰਹ ਆਪਣਾ ਵਾਸਤੇ ਇਸ ਦੀਨ ਦੇ ਇਕ ਵੱਲਾ ਹੋ ਕੇ ਤੇ ਨਾ ਹੋ ਤੂੰ ਸ਼ਰਕ ਕਰਨ ਵਾਲਿਆਂ ਥੀ ਤੇ ਨਾ ਸੱਦ ਸਵਾ ਅੱਲਾ ਦੇ ਉਸ ਨੂੰ ਜੋ ਨਾ ਨਫਾ ਦੇ ਤੈਨੂੰ ਤੇ ਨਾ ਨੁਕਸਾਨ ਕਰੇ ਤੇਰਾ ਇਹ ਜੀ ਕਿਤੋ ਹੀ ਤਾਂ ਜ਼ਰੂਰ ਤੂੰ ਦਾਲਣਾ ਵਿੱਚ ਹੋਇ ਤੇ ਜੇ ਪੁਚਾਏ ਤੈਨੂੰ ਅੱਲਾ ਕੁਝ ਦੁੱਖ ਤਾ ਕੋਈ ਨਹੀਂ ਦਫਾ ਕਰਨ ਵਾਲਾ ਉਸ ਨੂੰ ਬਾਝੋ ਦੇ ਤੇ ਜੇ ਚਾਹੇ ਤੇਰਾ ਭਲਾ ਤਾਂ ਕੋਈ ਨਹੀਂ ਵਿਗਾੜਨ ਜੋਗਾ ਉਹਦੇ ਫਜ਼ਲ ਨੂੰ ਪਚਾਂਦਾ ਹੈ ਆਪਣਾ ਫਜ਼ਲ ਜਿਸ ਨੂੰ ਚਾਹੇ ਆਪਣੇ ਬੰਦਿਆਂ થી ਤੇ ਉਹ ਹੈ ਬਖਸ਼ਨਹਾਰ ਮਿਹਰਬਾਨ ਹਬੀਬ ਤੁਸੀਂ ਆਖੋ ਇਹ ਲੋਕੋ ਆ ਚੁਕਾਏ ਤੁਸਾਂ ਕੋਲ ਸੱਚ ਤੁਹਾਡੇ ਰੱਬ ਵੱਲੋਂ ਫੇਰ ਜਿਹੜਾ ਰਾਹ ਪਿਆ ਸੋ ਰਾਹ ਪੈਂਦਾ ਨਿਰਾ ਆਪਣੀ ਜਾਨ ਲਈ ਤੇ ਜਿਹੜਾ ਕੋਰਾ ਪਿਆ ਸੋ ਕੋਰਾ ਪੈਂਦਾ ਨਿਰਾ ਉਸੇ ਉੱਤੇ تے نہیں میں تسا اوتے مختار تے تر او حکم اوتے جو پہنچدا ہے تیرے وال تے سندا رہ جت ٹھیک فیصلہ نہ کرے اللہ تے او چنگا فیصلہ کرن والا ہے